ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ 530 ਨਾਰੰਗਵਾਲ ਦੇ ਵਿੱਚ। ਇੱਥੇ ਸਾਡੀ ਮੁਲਾਕਾਤ ਇੱਕ ਬਜ਼ੁਰਗਾਂ ਦੇ ਨਾਲ ਆ ਜੀ, ਜਿਨ੍ਹਾਂ ਦਾ ਨਾਮ ਸਰਦਾਰ ਅਲੀ ਹੈ। ਉਹ ਇਸ ਪਿੰਡ ਦੇ ਹੀ ਰਹਿਣ ਵਾਲੇ ਆ, ਪਾਰਟੀਸ਼ਨ ਤੋਂ ਪਹਿਲੇ ਵੀ ਇਸੇ ਪਿੰਡ 'ਚ ਰਹਿੰਦੇ ਸੀਗੇ। ਅੱਜ ਅਸੀਂ ਉਹਨਾਂ ਦੇ ਕੋਲੋਂ ਉਹਨਾਂ ਬਜ਼ੁਰਗਾਂ ਔਰ ਉਹਨਾਂ ਲੋਕਾਂ ਦੇ ਬਾਰੇ ਪੁੱਛਣਾ ਹੈ ਜੋ ਇਸ ਉਜਾੜੇ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਵੱਸਦੇ ਹੁੰਦੇ ਸੀ। ਉਹਨਾਂ ਦੇ ਨਾਮ ਔਰ ਉਹਨਾਂ ਦੇ ਬਾਰੇ ਮਾਲੂਮਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਪਿੰਡ ਦੇ ਬਾਰੇ ਤੁਹਾਨੂੰ ਦੱਸਦੇ ਜਾਂਦੇ ਹਾਂ ਜੀ ਕਿ ਇਹ ਪਿੰਡ ਜਿਹੜਾ ਆ ਤਹਿਸੀਲ ਗੋਜਰਾ ਔਰ ਤਹਿਸੀਲ ਸਮੁੰਦਰੀ ਦੇ ਬਿਲਕੁਲ ਦਰਮਿਆਨ ਵਸਿਆ ਹੋਇਆ ਇਹ ਪਿੰਡ ਆ ਜੀ। ਇਸ ਪਿੰਡ ਦੇ ਆਲੇ ਦੁਆਲੇ ਜਿਹੜੇ ਪਿੰਡ ਆ ਉਹਨਾਂ ਦਾ ਵੀ ਨਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ। 529 ਹਾਂਸ, 531 ਢਿੱਲੂਆਂ, 42 ਲੋਪੋਕੀ, ਕਾਲਾ 75, 52 ਚੱਕ, ਜਗਦੇ, 45 ਅੱਡਾ, 272 ਸੀਮਾ, 274। ਇਹ ਪਿੰਡ ਇਸ ਪਿੰਡ ਦੇ ਆਲੇ ਦੁਆਲੇ ਵਸੇ ਹੋਏ ਆ ਔਰ ਇਸ ਪਿੰਡ ਦੇ ਵਿੱਚ ਕੰਬੋ, ਜੱਟ, ਅਰਾਈ ਔਰ ਗੁੱਜਰ ਲੋਕ ਵਸੇ ਹੋਏ ਆ। ਆਓ ਤੁਹਾਡੀ ਮੁਲਾਕਾਤ ਬਾਬਾ ਜੀ ਨਾਲ ਕਰਵਾਉਂਦੇ ਹਾਂ ਔਰ ਉਹਨਾਂ ਕੋਲੋਂ ਉਹਨਾਂ ਦੇ ਹਾਲਾਤ ਜ਼ਿੰਦਗੀ ਪੁੱਛਦੇ ਹਾਂ ਕਿ ਉਹਨਾਂ ਨੇ ਇੰਨੇ 72 ਸਾਲਾਂ ਦੇ ਵਿੱਚ ਕੀ ਦੇਖਿਆ। ਉਜਾੜੇ ਵੀ ਪਏ, ਉਸ ਤੋਂ ਬਾਅਦ ਸੈਲਾਬ ਵੀ ਆਇਆ ਇਸ ਪਿੰਡ ਦੇ ਵਿੱਚ, ਫਿਰ ਪਿੰਡ ਜਿਹੜਾ ਦੁਬਾਰਾ ਤੋਂ ਉੱਜੜ ਗਿਆ, ਉਸ ਤੋਂ ਬਾਅਦ ਫਿਰ ਬਹਾਲੀ ਹੋਈ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਇੱਕ ਪਿੰਡ ਪੰਜਾਬ ਦੀ ਜਿਹੜੀ ਸਾਡੀ ਟੀਮ ਹੈ ਉਹ ਪਹੁੰਚੀ ਹੈ ਪਿੰਡ ਨਾਰੰਗਵਾਲ, ਚੱਕ 530 ਗਾਫਬੇ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲੈਲਪੁਰ। ਸਾਡੇ ਨਾਲ ਅਜਿਹੇ ਮਹਿਮਾਨ ਹਾਜ਼ਰ ਨੇ ਜਿਨ੍ਹਾਂ ਦੇ ਨਾਲ ਸੰਨ 1947 ਦੀ ਵੰਡ ਵੇਲੇ ਦੀਆਂ ਯਾਦਾਂ ਔਰ ਉਹ ਖਜ਼ਾਨੇ ਛੁਪੇ ਹੋਏ ਅੱਜ ਅਸੀਂ ਕੋਸ਼ਿਸ਼ ਕਰਾਂਗੇ ਉਹ ਸਾਰੀਆਂ ਗੰਢਾਂ ਖੋਲ੍ਹਣ ਦੀ ਔਰ ਇਹਨਾਂ ਦੀ ਗੱਲਬਾਤ ਔਰ ਇਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਪਸੰਦ ਆਏਗਾ। ਬਹੁਤ ਸ਼ੁਕਰੀਆ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਆ ਬਜ਼ੁਰਗੋ? ਬਹੁਤ ਚੰਗਾ ਜੀ। ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਸਰਦਾਰ ਅਲੀ ਹੈ ਜੀ। ਔਰ ਵਾਲ ਸਾਹਿਬ ਦਾ ਕੀ ਨਾਮ ਜੀ? ਮੇਰੇ ਭਰਾ ਦਾ ਨਾਮ ਅਲੀ ਸ਼ੇਰ ਆ ਜੀ। ਅਲੀ ਸ਼ੇਰ ਸਰ ਆ ਵੱਡਾ ਸੀਗਾ ਮੁਹੰਮਦ ਅਲੀ ਜੀ, ਮੇਰੇ ਤੋਂ ਛੋਟਾ ਜਿਹੜਾ ਸੀ ਉਹਦਾ ਨਾਂ ਸੀ ਅਬਦੁਲ ਅਜ਼ੀਜ਼। ਠੀਕ ਹੈ। ਵਾਲਦ ਦਾ ਨਾਂ ਨੱਥੂ। ਨੱਥੂ? ਹਾਂ ਨੱਥੂ। ਆਪਣੀ ਬਰਾਦਰੀ ਕੀ ਹੈ ਜੀ? ਮੋਚੀ ਬਰਾਦਰੀ ਹੈ ਜੀ। ਮੋਚੀ ਬਰਾਦਰੀ। ਤੀ ਇਸ ਪਿੰਡ ਦੇ ਹੀ ਵਸਨੀਕ ਹੋ ਜਾਂ ਕਿਤੋਂ ਹਿਜਰਤ ਕਰਕੇ ਆਏ ਆ? ਨਹੀਂ ਜੀ, ਅਸੀਂ ਇਸ ਪਿੰਡ ਦੇ ਜੰਮ ਪਾਲ ਆ। ਅੱਛਾ, ਇਸ ਪਿੰਡ ਦੀ ਤੁਸੀਂ ਜੰਮ ਪਾਲ ਆ? ਹਾਂ ਜੀ, ਸਭ ਕੁਝ ਜੰਮ ਪਾਲ ਇੱਥੋਂ ਦਾ। ਕਿਹੜੇ ਸੰਨ ਦੀ ਤੁਹਾਡੀ ਪੈਦਾਇਸ਼ ਆ, ਕੋਈ ਯਾਦ? ਨਹੀਂ ਯਾਦ। ਉਂਝ ਅੰਦਾਜ਼ਨ ਤੁਹਾਡੀ ਕਿੰਨੀ ਕੁ ਉਮਰ ਹੈ ਇਸ ਟਾਈਮ? ਤਕਰੀਬਨ ਮੇਰਾ ਖਿਆਲ ਆ ਜੇ ਕੁਛ ਵੀ ਨਹੀਂ ਹੈਗੀ ਤੇ 90 ਸਾਲ ਤੇ 95 ਸਾਲ ਹੈਗੀ ਆ। ਮਾਸ਼ਾਅੱਲਾ ਜੀ, ਲੱਗਦੇ ਨਹੀਂ ਵੈਸੇ, ਤੁਸੀਂ ਸਿਹਤ ਤੁਹਾਡੀ ਠੀਕ ਹੈ? ਹਾਂ ਜੀ। ਦੱਸੋ ਫਿਰ ਤੁਹਾਡੀ ਪਿੰਡ ਨਾਰੰਗਵਾਲ ਅੱਖ ਖੁੱਲਦੀ ਹੈ, ਤੁਹਾਡਾ ਬਚਪਨ ਔਰ ਉਹ ਬੀਤੇ ਹੋਏ ਦਿਨ ਔਰ ਤੁਸੀਂ ਉਹਨਾਂ ਦਿਨਾਂ ਨੂੰ ਉਹਨਾਂ ਪਲਾਂ ਨੂੰ ਕਿਸ ਤਰ੍ਹਾਂ ਯਾਦ ਕਰਦੇ ਹੋ, ਕੀ ਦੱਸ ਸਕਦੇ ਹੋ ਤੁਸੀਂ ਆਪਣੇ ਉਹਨਾਂ ਦਿਨਾਂ ਬਾਰੇ? ਜਿਹਨਾਂ ਨੂੰ ਚਾਚੇ ਤਾਏ ਕਹਿੰਦੇ ਸੀਗੇ ਉਹਨਾਂ ਨੂੰ ਅਸੀਂ ਦੱਸ ਸਕਦੇ ਵੱਡਿਆਂ ਦੇ ਨਾਂ। ਦੂਏ ਜਿਹੜੇ ਸਾਡੇ ਨਾਲ ਖੇਡਦੇ ਸੀ ਜਾਂ ਫਿਰਦੇ ਸੀ ਜਾਂ ਕੰਮ ਕਰਦੇ ਜਾਂ ਘੁਲਦੇ ਖੇਡਦੇ ਸੀਗੇ, ਉਹ ਚਲੇ ਗਏ। ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਦੇ ਨਾਂ ਨਹੀਂ ਹੁਣ ਆਉਂਦੇ, ਵੱਡਿਆਂ ਦੇ ਆਉਂਦੇ ਆ। ਵੈਸੇ ਜਿਹੜੇ ਇਸ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ ਜਾਂ ਜਿਹੜੇ ਚਲੇ ਗਏ ਆ, ਉਹ ਦੱਸ ਸਕਦੇ ਆ? ਜੀ ਜੀ ਬਿਲਕੁਲ ਦੱਸੋ, ਨਾਲੇ ਬਰਾਦਰੀ ਵੀ ਥੋੜ੍ਹਾ ਦੱਸ ਦਿਓ ਕਿ ਕਿਹੜੇ ਕਿਹੜੇ ਲੋਕ ਸੀਗੇ। ਅੱਛਾ ਜੀ, ਇਸ ਪਿੰਡ ਦਾ ਲੰਬੜਦਾਰ, ਉਹਦਾ ਨਾਮ ਜਾਣਦੇ ਹੋ? ਜਾਣਦੇ ਆ ਜੀ। ਜੀ ਕੀ ਨਾਮ ਸੀ? ਉਹਦਾ ਨਾਂ ਜਿਹੜਾ ਸ਼ਮਸ਼ੇਰ ਸਿੰਘ ਲੰਬੜਦਾਰ ਸੀਗਾ ਜੀ। ਸ਼ਮਸ਼ੇਰ ਸਿੰਘ ਲੰਬੜਦਾਰ? ਹਾਂ ਜੀ। ਫਿਰ ਦੂਸਰਾ ਲੰਬੜਦਾਰ ਸੀਗਾ ਨਾਰ ਸਿਓ ਜੀ।
ਤੇ ਉਹਦਾ ਭਰਾ ਸੀ ਪ੍ਰੀਤਮ ਸਿਉਂ। ਠੀਕ ਹੈ, ਹਾਂਜੀ। ਹੋਰ ਬਾਕੀ ਕਿੰਨੇ ਕੁ ਮਤਲਬ ਇੱਥੇ ਸਿੱਖ ਬਰਾਦਰੀ ਕਿੰਨੀ ਸੀਗੀ ਤੇ ਮੁਸਲਮਾਨ ਬਰਾਦਰੀ? ਸੁਣ ਲਓ, ਮੈਂ ਇੱਕਦਮ ਗਿਣ ਦਿੰਦਾ। ਜੀ ਜੀ, ਹਜ਼ਾਰਾ ਸਿਉਂ, ਤਲੋਕ ਸਿਉਂ ਤੇ ਕਟਾਰ ਸਿਉਂ, ਇਕਬਾਲ ਸਿਉਂ, ਕਾਲਾ ਸਿਉਂ, ਕੁਸ਼ਲ ਸਿਉਂ, ਗਾਂ ਬਚਨ ਸਿਉਂ, ਫਿਰ ਸੰਤਾ ਸਿਉਂ, ਫਿਰ ਆ ਗਿਆ ਗੋਪਾਲ ਸਿਉਂ, ਗੱਜਣ ਸਿਉਂ, ਫਿਰ ਆ ਗਿਆ ਅਰਜਨ ਸਿਉਂ, ਫਿਰ ਆ ਗਿਆ ਆ ਲਿਖੇ ਨੇ ਮੇਰੇ ਕੋਲ ਜੀ, ਤੁਸੀਂ ਪੜ੍ਹ ਸਕਦੇ ਹੋ, ਮੈਨੂੰ ਹੁਣ ਨਾਵੇਂ ਯਾਦ ਨਹੀਂ ਆਉਂਦੇ। ਸਹੀ, ਠੀਕ ਠੀਕ ਫਰਮਾ ਰਹੇ। ਅੱਛਾ, ਵੈਸੇ ਉਂਝ ਨਾਵੇਂ ਮੈਨੂੰ ਜਿਹੜੇ ਆਉਂਦੇ ਆ, ਇਹ ਜਿਹੜੀ ਅਸੀਂ ਬਾਪੂ ਜੀ ਉਹਨਾਂ ਨੂੰ ਕਹਿਣਾ, ਤਾਇਆ ਜੀ ਕਹਿਣਾ, ਬਾਕੀ ਇੱਦਾਂ ਭਾਈ ਉਹ ਟਾਈਮ ਜਿਹੜੇ ਸੀਗੇ ਨਹੀਂ ਸਾਨੂੰ ਹੁਣ ਯਾਦ ਰਹਿ ਗਏ। 70-75 ਸਾਲ ਹੋ ਗਏ ਆ। ਤੁਹਾਡਾ ਉਹਨਾਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਸੁਭਾਅ ਸੀ ਜਦੋਂ ਉੱਠ ਕੇ ਇੱਥੋਂ ਜਾਣ ਲੱਗੇ? ਬੜੇ ਚੰਗੇ ਲੋਕ ਸੀ। ਕਿਸ ਤਰੀਕੇ ਨਾਲ ਹੋ ਗਏ? ਖੈਰੀ ਸੱਲੀ ਸਾਡੇ ਤਰੀਕੇ ਨਾਲ ਗਏ, ਕੋਈ ਸਾਨੂੰ ਪਰੇਸ਼ਾਨੀ ਨਹੀਂ ਸੀਗੀ। ਔਰ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਈ ਇੱਥੋਂ ਜਾਣ? ਮੇਰੇ ਕੋਲੋਂ ਆ ਗਾਫਲਾ 45 ਤੁਰ ਕੇ ਤੇ ਸਲੂਣੀ 'ਚ ਹਾਲਤ ਹੀ, ਗਾਫਲਾ ਉਰਲੇ ਪਾਸੇ ਵੀ ਨਾ ਰਹੋ ਤੇ ਪਰਲੇ ਪਾਸੇ ਵੀ ਨਾ ਰਹੋ। ਸਹੀ, ਜੋ ਸੀਗਾ ਬੈਠਾ ਆਪਣੇ ਹਿੰਦੂ ਸਿੱਖ ਬ੍ਰਾਹਮਣ ਇੱਥੋਂ ਦੀ ਗੁਜ਼ਰਿਆ। ਠੀਕ ਹੈ, ਹਾਂਜੀ। ਆਲੇ ਦੁਆਲੇ ਦੇ ਜਿਹੜੇ ਇੱਥੇ ਤੁਹਾਡੇ ਪਿੰਡ ਦੇ ਨਾਲ ਨਾਲ ਦੇ ਜਿਹੜੇ ਪਿੰਡ ਆ, ਹਾਂਜੀ, ਇਹਨਾਂ ਪਿੰਡਾਂ ਦੇ ਬਾਰੇ ਵੀ ਥੋੜਾ ਜਿਹਾ ਦੱਸੋ ਕੀ ਨਾਮ ਨੇ ਤੇ ਇਸ ਇਹਨਾਂ ਪਿੰਡਾਂ ਦੇ ਵਿੱਚ ਵੀ ਜ਼ਿਆਦਾਤਰ ਸਿੱਖਾਂ ਦੀ ਆਬਾਦੀ ਸੀ ਜਾਂ ਮੁਸਲਮਾਨਾਂ ਦੀ ਆਬਾਦੀ ਸੀ? ਇਹਨਾਂ ਨਾਮ ਦੱਸ ਦਿਓ ਜੀ। ਸਿੱਖਾਂ ਦੀ ਆਬਾਦੀ ਹੈਗੇ ਇਹ ਸਾਰੀ, ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਦੱਸ ਦਿਓ। ਆਹੋ, ਆਲੇ ਦੁਆਲੇ ਦੇ ਪਿੰਡਾਂ ਦਾ ਨਾਮ ਹੈਗਾ ਜੀ ਜਗਦਿਆਂ ਵਾਂ, ਠੀਕ ਹੈ, ਫਿਰ ਗਾਹਵੇ 42 ਹੈਗੀ ਆ ਲੋਪੋਗੀ, ਠੀਕ ਹੈ, ਚੱਕ ਨੰਬਰ 531 ਵੀ ਹੈਗਾ ਜੀ, ਠੀਕ ਹੈ, ਫਿਰ 529 ਵੀ ਹੈਗਾ ਜੀ, ਠੀਕ ਹੈ, ਫਿਰ ਅੱਲਾ ਖੈਰ ਕਰੇ ਜੀ ਗਾਂ ਆ ਗਿਆ ਮਾਨੂਪੁਰ ਜਟਾਣਾ ਜੀ, ਉਹ ਹੁਣ ਉਹਦਾ ਮੈਨੂੰ ਨੰਬਰ ਨਹੀਂ ਯਾਦ, ਠੀਕ ਹੈ। ਬਾਕੀ ਆਲੇ ਦੁਆਲੇ ਸਾਡੇ ਰਾਚੱਕ ਵੀ ਹੈਗਾ ਜੀ, ਅਲੀਵਾਲ ਵੀ ਹੈਗਾ, ਸ਼ਿਮਾ ਵੀ ਹੈਗਾ, ਕਾਲਾ ਵੀ ਹੈਗਾ, 75 ਵੀ ਹੈਗਾ, ਸਖੀਰੇ ਕੱਕੜਾਂ ਵੀ ਹੈਗੀਆਂ, 45 ਵੀ ਹੈਗੀ ਆ, ਗੋਜਰਾ 45 ਦੇ ਆਪਣੇ 45 ਜਿਹੜੀ ਆ ਅੱਡਾ, ਇਹ ਗੋਜਰੇ ਦੇ ਸਮੁੰਦਰੀ ਦੇ ਵਿਚਾਲੇ ਆ, ਨਹਿਰ ਵੱਜਦੀ ਆ 45, ਪੁਲ ਵੱਜਦਾ ਹੁੰਦਾ ਸੀ, ਇਹ ਨਹਿਰ ਦਾ ਇਲਾਕਾ ਸੀ, ਗਾਹਵੇ ਨਹਿਰ ਚੱਲਦੀ ਆ, ਹਾਂਜੀ, ਗੁਗੇਰਾ ਬ੍ਰਾਂਚ, ਗੁਗੇਰਾ ਬ੍ਰਾਂਚ, ਤੇ ਇਹ ਉਦੋਂ ਚੱਲਦੀ ਸੀ। ਜਿੰਨੇ ਪਿੰਡਾਂ ਦੇ ਤੁਸੀਂ ਨਾਂ ਲਏ ਆ, ਇਹ ਦੱਸ ਸਕਦੇ ਹੋ ਇਹਨਾਂ ਪਿੰਡਾਂ ਦੇ ਵਿੱਚ ਜ਼ਿਆਦਾਤਰ ਕਿਹੜੇ ਲੋਕਾਂ ਦੀ ਆਬਾਦੀ ਸੀਗੀ, ਜਾਣੀ ਸਿੱਖ ਬਰਾਦਰੀ ਜ਼ਿਆਦਾ ਰਹਿੰਦੀ ਸੀ? ਇਹ ਜਿਹੜਾ ਇਲਾਕਾ ਵਾ ਸਾਰਾ ਹੀ ਸਿੱਖਾਂ ਦਾ ਸੀਗਾ, ਜਿਹੜਾ ਉਹ ਆ ਗਿਆ ਪਰਲੇ ਪਾਸੇ ਦਾ ਕਾਲਾ, ਸ਼ਿਮਾ, ਰੈਚਕ, ਅਲੀਵਾਲ, ਇਹ ਮੁਸਲਮਾਨਾਂ ਦੇ ਪਿੰਡ ਆ ਸਾਰੇ। ਗਾਂ ਆ ਗਿਆ ਉਸ ਤੋਂ ਆਪਣੇ ਜਲੰਧਰ, ਜਲੰਧਰ ਤੋਂ ਟਿੱਬੇ ਵਾਲੀਆਂ ਨਾਗ ਗਾਂ ਹੈਗੇ, ਬਰਕਤ ਵਾਲੇ ਨਾਗ ਘੁਲਦਾ ਹੁੰਦਾ ਸੀ, ਉਹ ਬਰਕਤ ਵਾਲੇ ਨਾਗ ਮਸ਼ਹੂਰ ਆ, ਉਹ ਜਵਾਨ ਸੀ, ਘੁਲਦਾ ਖੇਡਦਾ ਸੀ ਉਸ ਵੇਲੇ। ਅੱਛਾ, ਬਾਬਾ ਮਸ਼ਹੂਰੀ ਸੀ, ਬਾਬਾ ਚੜ੍ਹਾਈ ਸੀ, ਕੋ ਉਹਨਾਂ ਬਾਰੇ ਵੀ ਦੱਸੋ। ਬਹੁਤ ਚੰਗਾ ਬੰਦਾ ਸੀ, ਬੜਾ ਭਲਵਾਨ ਸੀ, ਉਹ ਸੱਤ ਪਿੰਡ ਗਿੱਲਾਂ ਦੇ ਸੀਗੇ ਮੁਸਲਮਾਨਾਂ ਦੇ, ਠੀਕ। ਇਹ ਜਿਹੜੇ ਨੇ ਪਿਛਲੇ ਤੁਰ ਕੇ ਅੱਗੇ ਤਾਈ ਸਲੂਣੀ ਤਾਈ, ਇਹ ਸਾਰੇ ਸਿੱਖਾਂ ਦੇ ਆ, ਠੀਕ ਹੈ। ਤੁਸੀਂ ਇੱਥੇ ਇਸ ਪਿੰਡ ਦੇ ਵਿੱਚ ਮਤਲਬ ਪੈਦਾ ਹੋਏ, ਇੱਥੇ ਦੇ ਹੀ ਤੁਸੀਂ ਵਸਨੀਕ ਹੋ, ਇੱਥੇ ਦੇ ਮਤਲਬ ਕੀ ਮਾਹੌਲ ਸੀ ਉਦੋਂ ਆਜ਼ਾਦੀ ਤੋਂ ਪਹਿਲਾਂ ਦਾ, 1947 ਤੋਂ ਪਹਿਲਾਂ ਦਾ, ਕਿੱਦਾਂ ਦਾ ਤੁਹਾਡੇ ਪਿੰਡ ਦਾ ਇਲਾਕੇ ਦਾ ਮਾਹੌਲ ਹੁੰਦਾ ਸੀ, ਰਹਿਤ ਬਹਿਤ ਲੋਕਾਂ ਦੀ ਕਿਵੇਂ ਦੀ ਸੀ? ਬੜੀ ਚੰਗੀ ਸੀ, ਉਹਦੇ ਬਾਰੇ ਕੁਛ ਤਫਸੀਲੀ ਦੱਸੋ ਜੀ, ਕੋਈ ਮਤਲਬ ਲੋਕਾਂ ਦਾ ਆਪਸ ਦੇ ਵਿੱਚ ਮਿਲਣਾ, ਕੋਈ ਮੇਲੇ, ਕੋਈ ਛਿੰਝਾਂ, ਕੋਈ ਛਿਵੇਂ ਵੀ ਉੱਥੇ ਮੇਲਾ ਹੁੰਦਾ ਹੁੰਦਾ ਸੀਗਾ, ਕੀ ਮੇਲਾ ਛਿਵੇਂ ਮੇਲੇ ਦਾ ਨਾਮ? ਮਲੰਗ ਬੈਠਾ ਸੀਗਾ ਜੀ, ਉਹਨੇ ਛਿਵੇਂ ਮੇਲਾ ਕਰਾਉਣਾ ਤੇ ਖਤਮ ਦੋਣਾ, ਅਤੇ ਦੁਨੀਆ ਨੇ ਉਸ ਮੇਲੇ 'ਤੇ ਵੀ ਜਾਣਾ, ਅਤੇ ਘੋਲ ਕੌਡੀ ਵੀ ਉੱਥੇ ਹੁੰਦੀ ਹੁੰਦੀ ਸੀਗੀ, ਫਿਰ ਮੇਰੇ ਪਿੰਡ ਵੀ ਆਣ ਕੇ ਘੋਲ ਕੌਡੀ ਹੁੰਦੀ ਰਹੀ ਆ, ਛਿਵੇਂ ਵਾਲੀ ਮੁਸਲਮਾਨਾਂ ਦੀ, ਸਿੱਖਾਂ ਦੀ, ਹਾਂਜੀ। ਬਾਕੀ ਇਹ ਆ ਜੀ, ਆ ਪਿੰਡ ਦੇ ਸਾਰੇ ਜਿੰਨੇ ਵੀ ਹੈਗੇ ਆ ਉਹ ਮਤਲਬ ਆ ਤੁਹਾਨੂੰ ਨਾਂ ਦੱਸੇ ਆ, ਹਾਂਜੀ, ਬਾਕੀ ਹੋਰ ਵੀ ਦੱਸ ਸਕਦੇ ਆ ਕੋਈ ਜਿਹੜੇ ਸਾਡੇ ਜ਼ਿਹਨ 'ਚ ਆ ਜਾਣ। ਬਚਪਨ ਦੀ ਸ਼ਾਦੀ ਵਿਆਹ ਤੁਸੀਂ ਦੇਖੇ ਹੋਣੇ ਆ, ਥੋੜ੍ਹਾ ਜਿਹਾ ਦੱਸੋ ਕਿਵੇਂ ਦੇ ਉਹ ਮਾਹੌਲ ਹੁੰਦੇ ਸੀ? ਮਾਹੌਲ ਬੜੇ ਚੰਗੇ ਸੀਗੇ,
ਬਹੁਤ ਚੰਗੇ ਮਾਹੌਲ ਸੀਗੇ। ਉਹ ਚੰਗਾ ਮਾਹੌਲ ਕਿਵੇਂ ਦਾ ਸੀਗਾ ਜੀ? ਉਹ ਇੱਦਾਂ ਵੀ ਨਾ ਲੜਾ ਰਹੀ ਨਾ ਪ੍ਰਸਾਦ, ਕੋਈ ਗੱਲਬਾਤ ਨਹੀਂ ਸੀ। ਬਰਾਤਾਂ ਦਾ ਜਾਣਾ ਕਿਵੇਂ, ਬਰਾਤਾਂ ਜਾਂਦੀਆਂ ਸੀ ਗੱਡਿਆਂ 'ਤੇ ਜਾਂ ਮਤਲਬ ਸੀ ਗੱਡਿਆਂ 'ਤੇ ਰਸਾ 'ਤੇ ਆ ਰਥ ਬਣੇ ਹੁੰਦੇ ਸੀ, ਗੱਡੀਆਂ ਗਡੇਲਾਂ ਬਣੀਆਂ ਜਿਹੜੀਆਂ ਦੋ ਦੋ ਰਾਤ ਉੱਥੇ ਝੁੰਮਰ ਪਾਉਣੇ ਪਾ ਕੇ ਭਾਰ ਪੜਦੇ ਅਤੇ ਫਿਰ ਗਡੇਲ ਜੋੜਨੀ ਅਤੇ ਬੋਲਦਾਂ ਦੀ ਜਾਂ ਜਾਣਾ, ਬੋਲਦਾਂ ਨੂੰ ਜੋੜ ਕੇ ਲੈ ਜਾਣਾ ਉਹਨਾਂ ਨੇ ਫਿਰ ਢੋਲੇ ਮਾਈਏ ਗਾਉਣੇ। ਹਾਂ ਢੋਲੇ ਮਾਈਏ ਗਾਉਣੇ। ਕੋਈ ਯਾਦ ਨਹੀਂ ਇਸ ਟਾਈਮ? ਯਾਦ ਨਹੀਂ। ਠੀਕ ਹੈ, ਕਿਉਂਕਿ ਅਸੀਂ ਹੁਣ ਹੋਰ ਪਾਸੇ ਹੋ ਗਏ। ਉਦੋਂ ਦੁਨੀਆ ਸਾਂਝੀ ਬੈਠੀ ਸੀ, ਅਸੀਂ ਮੁਸਲਮਾਨ ਸੀਗੇ, ਉਹ ਹਿੰਦੂ ਸੀਗੇ, ਸਿੱਖ ਸੀਗੇ, ਕਾਲੀਏ ਸੀਗੇ, ਅਤੇ ਅਸੀਂ ਹੁਣ ਮੁਸਲਮਾਨ ਹਾਂ। ਉਸ ਤੋਂ ਬਾਅਦ ਸਾਨੂੰ ਜੇਨ ਜਿਹੜਾ ਨਾ ਆਪਣੇ ਪਾਸੇ ਲੱਗ ਗਿਆ ਵਾ। ਸਹੀ ਹੈ। ਦੇਖੋ ਜੀ, ਰਸਮੋ ਰਿਵਾਜ ਜਿਹੜੀਆਂ ਉਹਦਾ ਮਜ਼ਹਬ ਦੇ ਨਾਲ ਤਾਂ ਤਾਲਕ ਨਹੀਂ ਹੈਗਾ ਐਡਾ। ਮਜ਼ਹਬ ਉਹਨਾਂ ਨੇ ਆਪਣੇ ਤਰੀਕੇ ਨਾਲ ਚੱਲਣਾ, ਤੁਸੀਂ ਆਪਣੇ ਤਰੀਕੇ ਨਾਲ, ਪਰ ਰਸਮ ਰਿਵਾਜ ਤਾਂ ਸਾਰੇ ਸਾਂਝੇ ਹੀ ਹੁੰਦੇ ਆ। ਉਹ ਫਿਰ ਸਾਂਝਾਂ ਜਿਹੜੀਆਂ ਫਿਰ ਪੈਣੀਆਂ ਖੇਤਾਂ ਦੇ ਵਿੱਚ ਵੀ, ਮਤਲਬ ਸਾਂਝਾਂ ਹੁੰਦੀਆਂ ਸੀਗੀਆਂ ਕੋਈ ਨਾ ਕੋਈ ਵਾਢੀ ਵਾਸਤੇ, ਆਬਤ ਤੇ ਸੱਦ ਲੈਣੇ ਰਹੇ ਹਾਂ ਵਾਢੀ, ਅਸੀਂ ਦੁਹਾੜਾ ਦੁਹਾੜਾ ਵੱਢਦੇ ਰਹੇ ਹਾਂ। ਠੀਕ ਹੈ, ਹਾਂਜੀ, ਵਾਢੀਆਂ ਕੀਤੀਆਂ ਨੇ ਅਸੀਂ, ਰਲ ਕੇ ਵਾਢੀਆਂ ਕੀਤੀਆਂ, ਡਾਲੀਆਂ ਕੀਤੀਆਂ, ਆਪਣੇ ਆਪਣੇ ਹਾਣੀਆਂ ਚੋਂ ਜਿਹਨਾਂ ਦੇ ਨਾਲ ਤੁਸੀਂ ਰਲ ਕੇ ਖੇਲੇ, ਸੋਟਾਂ ਕੀਤੀਆਂ, ਉਹਨਾਂ ਚੋਂ ਕੋਈ ਨਾਮ ਯਾਦ? ਉਹਨਾਂ ਚੋਂ ਪ੍ਰਕਾਸ਼, ਅੱਛਾ ਫਿਰ ਪ੍ਰਕਾਸ਼ ਹਿੰਦੂ ਹਿੰਦੂ ਸੀਗੇ? ਨਹੀਂ, ਉਹ ਹਿੰਦੂ ਸੀਗੇ। ਠੀਕ ਹੈ। ਫਿਰ ਚੰਦ ਰਾਮ ਸੀਗਾ, ਉਹ ਵੀ ਹਿੰਦੂ ਸੀਗਾ। ਰਾਮ ਪ੍ਰਤਾਪ ਬ੍ਰਾਹਮਣ ਸੀਗਾ। ਠੀਕ ਹੈ। ਫਿਰ ਉਦੋਂ ਉਹ ਵੀ ਹਿੰਦੂ ਸੀਗਾ। ਠੀਕ, ਅੱਛਾ ਫਿਰ ਆ ਗਿਆ ਗਾਂ, ਉਸ ਤੋਂ ਅੱਗੇ ਜੈਮਲ ਫੱਤਾ, ਉਹ ਵੀ ਹਿੰਦੂ ਸੀਗਾ। ਠੀਕ ਹੈ। ਉਸ ਤੋਂ ਅੱਗੇ ਆ ਗਏ ਜੀ ਉੱਤਮ ਤਰਖਾਣ ਅਤੇ ਕੇਰ ਸਿਉਂ ਲੁਹਾਰ, ਉਹ ਵੀ ਹਿੰਦੂ ਸੀਗਾ। ਠੀਕ ਹੈ। ਉਸ ਤੋਂ ਅੱਗੇ ਚਲੇ ਜਾਓ, ਫਿਰ ਆ ਗਏ ਜੀ ਆਪਣੇ ਮਾਸ਼ਾ ਅੱਲਾ ਅੱਲਾ ਖੈਰ ਕਰੇ, ਇਹ ਮਾਘੀ, ਉਹ ਬਗਾਰੀ ਸੀਗਾ, ਉਹ ਬਗਾਰੀ ਸੀ ਇਸ ਪਿੰਡ ਦਾ। ਠੀਕ ਹੈ। ਉਹਦਾ ਪੁੱਤ ਸੀ ਸਰਬਣ, ਉਹ ਤੋਂ ਅੱਗੇ ਹਾਣੀ ਸੀ ਸਰਬਣ। ਹੈਂ? ਸਰਬਣ ਤੁਹਾਡਾ ਹਾਣੀ ਸੀ, ਉਹਦਾ ਬਗਾਰੀ ਦਾ ਪੁੱਤ? ਉਹ ਵੱਡਾ ਸੀ ਸਾਡੇ ਤੋਂ। ਅੱਛਾ, ਉਹ ਵੱਡਾ ਸੀਗਾ। ਠੀਕ, ਇਹ ਸਾਡੇ ਹਾਣੀ ਸੀਗੇ ਜਿਹੜੇ ਬੰਦੇ ਉਹ ਤੈਨੂੰ ਦੱਸੇ ਆ। ਸਹੀ। ਬਾਜ਼ਾਰ ਦੇ ਵਿੱਚ ਇੱਥੇ ਸਕੂਲੇ ਵੀ ਪੜ੍ਹਨ ਜਾਂਦੇ ਰਹੇ ਤੁਸੀਂ? ਆਪਣੇ ਪਿੰਡ 'ਚ ਹੈ ਸਕੂਲ ਉਦੋਂ ਸੀਗਾ? ਉਦੋਂ 8ਵੀਂ ਦਾ ਸੀਗਾ ਜੀ ਇਹ। 8ਵੀਂ ਤੱਕ ਸੀ ਉਦੋਂ ਸਕੂਲ? ਹਾਂਜੀ, 8ਵੀਂ ਤੱਕ। ਤੁਸੀਂ ਜਾਂਦੇ ਰਹੇ ਸਕੂਲ ਦੇ ਵਿੱਚ? ਹਾਂ ਨਹੀਂ ਜੀ, ਗਏ ਹਾਂ ਅਸੀਂ। ਠੀਕ ਹੈ। ਪਰ ਸਾਡੇ ਕੋਲ ਮਾਲ ਬੜਾ ਸੀ, ਸਾਡੇ ਬਾਪ ਨੇ ਮਾਲ ਦੇ ਮਗਰ ਲਾ ਤਾ ਕੁੱਟ ਕੁੱਟ ਕੇ। ਜ਼ਿਮੀਦਾਰੇ ਵੱਲ ਵੀ ਉਦੋਂ ਨਾਲੇ ਉਹਨਾਂ ਦਿਨਾਂ 'ਚ ਤਾਂ ਜ਼ੋਰ ਬਹੁਤਾ ਹੁੰਦਾ ਸੀ। ਹਾਂਜੀ, ਬੱਕਰੀਆਂ ਭੇਡਾਂ ਵੀ ਸੀਗੀਆਂ, ਮਈਆਂ ਵੀ ਸੀਗੀਆਂ, ਗਾਈਆਂ ਵੀ ਸੀਗੀਆਂ। ਕਿੰਨਾ ਕਮਾਲ ਸੀ ਆਪਣੇ ਮਾਲ ਸਾਡੇ ਕੋਲ ਤਕਰੀਬਨ, ਮੇਰਾ ਖਿਆਲ ਆ ਵੀ ਜੇ ਥੋੜ੍ਹਾ ਹੀ ਥੋੜ੍ਹਾ ਹੋਇਆ ਤੇ 80-90 ਤਾਂ ਨਿੱਕਾ ਸੀਗਾ। ਬੱਕਰੀਆਂ ਦੇ ਭੇਡਾਂ ਤੇ 8-7 ਕੁ ਡੰਗਰ ਸਾਡੇ ਵੱਡੇ ਨੌਕ ਸੀਗੇ, ਗਾਈਆਂ ਤੇ ਮਈਆਂ। ਸਹੀ, ਇਹ ਕੁਛ ਸੀਗਾ ਸਾਡੇ ਕੋਲ। 3-4 ਤੁਸੀਂ ਭਰਾ ਅੱਗੇ ਦੱਸਿਆ ਨਾਮ ਲਏ ਸੀਗੇ, 3-4 ਸਾਰਿਆਂ ਚੋਂ ਛੋਟੇ ਹੋ? ਮੈਂ ਤਾਂ ਛੋਟਾ ਹੈਗਾ ਵਾ ਅਫਜ਼ਲਜੀਤ। ਠੀਕ ਹੈ, ਮੈਂ ਉਹ ਤੋਂ ਵੱਡਾ ਵਾਂ। ਸਹੀ। ਥੋੜ੍ਹਾ ਜਿਹਾ ਮੈਂ ਪਿੱਛੇ ਲੈ ਕੇ ਜਾਵਾਂਗਾ, ਤੁਸੀਂ ਅੱਗੇ ਗੱਲ ਕੀਤੀ ਸੀ ਕਿ ਅਸੀਂ ਉੱਥੇ ਸਕੂਲ ਜਾਂਦੇ ਰਹੇ, ਉਹਨਾਂ ਦਿਨਾਂ ਦੇ ਵਿੱਚ ਕਿਹੜੇ ਮਾਸਟਰ ਸੀਗੇ, ਕਿਹੜੀ ਬਰਾਦਰੀਆਂ ਦੇ ਮਾਸਟਰ ਸੀ, ਕੋਈ ਨਾਮ ਯਾਦ ਆ? ਨਹੀਂ ਯਾਦ, ਕਿਉਂਕਿ ਅਸੀਂ ਸਕੂਲੇ ਗਏ ਨਹੀਂ, ਮੁੜ ਕੇ ਸਾਨੂੰ ਪਤਾ ਨਹੀਂ। ਕੋਈ ਅੰਦਾਜ਼ਾ ਤਾਂ ਹੋਊਗਾ ਹੀ ਕਿ ਮਤਲਬ ਹਿੰਦੂ ਮਾਸਟਰ ਸੀਗੇ, ਸਿੱਖ ਮਾਸਟਰ ਸੀ? ਕੋਈ ਪਤਾ ਨਹੀਂ, ਦਾਖਾਨਾ ਖਾਸ ਸਾਡੇ ਪਿੰਡ ਦਾ। ਠੀਕ ਹੈ, ਇੰਨਾ ਕੁ ਪਤਾ ਵੀ ਦਾਖਾਨਾ ਸਾਡੇ ਪਿੰਡ ਦਾ ਸੀ ਖਾਸ। ਥਾਣਾ ਤੁਹਾਨੂੰ ਉਸ ਟਾਈਮ ਕਿਹੜਾ ਥਾਣਾ ਲੱਗਦਾ ਸੀ? ਤਰਖਾਣੀ, ਤਰਖਾਣੀ ਥਾਣਾ। ਹਾਂਜੀ। ਅੱਛਾ ਬਾਬਾ ਜੀ, ਤੁਹਾਡੇ ਪਿੰਡ ਦੀ ਜਿਹੜੀ ਚਦਰਾਹਟ ਸੀ, ਉਹਨਾਂ ਵਕਤਾਂ ਦੇ ਵਿੱਚ ਜ਼ਿਆਦਾਤਰ ਸਿੱਖ ਹੀ ਬੈਠੇ ਸੀਗੇ ਚਦਰਾ, ਤੇ ਉਹਨਾਂ ਦਾ ਆਮ ਬੰਦਿਆਂ ਦੇ ਨਾਲ ਕਿਵੇਂ ਦਾ ਵਿਹਾਰ ਸੀ? ਬੜਾ ਚੰਗਾ ਵਿਹਾਰ ਸੀ ਜੀ ਉਹਨਾਂ ਦਾ, ਮਾੜੇ ਬੰਦੇ ਦੇ ਨਾਲ ਵੀ ਚੰਗੇ, ਤੇ ਬੜੇ ਆਮ ਤਾਮਲ ਕਰਦੇ ਸੀ ਉਹ। ਸਹੀ। ਹਾਂਜੀ, ਉਹ ਜਿੰਨੇ ਵੀ ਸੀਗੇ ਉਹਨਾਂ ਨੇ ਰਾਤ ਦੇ 12 ਵਜੇ ਸੀਗੇ, ਖੂਹ ਤੇ ਫੱਟੇ ਲੱਗੇ ਸੀਗੇ, 4 ਵਿਚਾਲ ਲਏ ਖੂਹ ਤੇ ਫੱਟੇ ਲੱਗੇ ਸੀਗੇ। ਉਹਨਾਂ ਦੀ ਅਜਮਟ ਰੋਜ਼ ਬਹਿੰਦੀ ਸੀ। ਮੇਰੇ ਪਿੰਡ ਦੀ ਕਮੇਟੀ ਆ, ਜਿਹੜੀ ਕਮੇਟੀ ਸਾਡੇ ਪਿੰਡ ਦੀ ਚੱਲਦੀ ਸੀਗੀ, ਇਹ ਸਜ਼ਾ ਦੇ ਦਿੰਦੇ ਸੀ 6 ਮਹੀਨੇ ਦੀ, ਤੇ ਗੌਰਮੈਂਟ ਤੋੜਦੀ ਨਹੀਂ ਸੀ ਹੁੰਦੀ। ਇਹ ਮੈਂ ਤੁਹਾਨੂੰ ਗੱਲਾਂ ਹੁਣ ਦੱਸ ਸਕਦਾ ਕਿਉਂਕਿ ਉਹ ਮੇਰੀਆਂ ਦੇਖੀਆਂ। ਕਾਨੂੰਨ ਸੀ? ਹਾਂ, ਵਕਤਾ ਕਾਨੂੰਨ। ਜਿਹੜਾ ਬੰਦਾ ਗਲਤ ਚੱਲਦਾ, ਥਾਣਾ ਮਗਰੋਂ ਲਿਆਉਣਾ, ਪਹਿਲਾਂ ਉਹਨੂੰ ਆਪ ਸਾਫ ਕਰਨਾ। ਥਾਣੇਦਾਰ ਨੂੰ ਇਜਾਜ਼ਤ ਨਹੀਂ ਸੀ ਹੁੰਦੀ ਉਸ
ਮੋੜ ਤੋਂ ਅੱਗੇ ਚੌਕ ਤੋਂ ਜਦੋਂ ਥਾਣੇਦਾਰ ਦਾ ਪੌਦਾ ਜਾਣਾ ਅਤੇ ਫਿਰ ਲੰਬਰਦਾਰ ਨੇ ਕਹਿਣਾ ਅਤੇ ਫਿਰ ਥਾਣੇਦਾਰ ਨੇ ਅੰਦਰ ਆਉਣਾ ਗੌਰਮੈਂਟ ਨੇ ਜਾਣੇ ਦੀ ਸ਼ਮਸ਼ੇਰ ਸੋਨਾ ਇੰਨਾ ਸੀ ਨਾਲ ਸੋਨਾ ਇੰਨਾ ਅਸਲ ਸਹੀ ਆਪਣੇ ਮਤਲਬ ਪਿੰਡ ਵਾਲਿਆਂ ਦੇ ਨਾਲ ਬਹੁਤ ਚੰਗੇ ਉਹਨਾਂ ਦੇ ਬੜੇ ਸੋਹਣੇ ਦਿਨ ਲਗਾਏ ਉਹਨਾਂ ਨੇ ਕਿਉਂਕਿ ਕੰਮੀ ਨੂੰ ਤਕਲੀਫ ਨਹੀਂ ਆਈ ਕੋਈ ਕਿਸੇ ਗੱਲ ਦੀ ਤਕਲੀਫ ਨਹੀਂ ਆਈ ਤੁਹਾਡੇ ਯਾਰਾਂ ਬੇਲੀਆਂ ਦਾ ਅੱਗੇ ਤੁਸੀਂ ਨਾਮ ਲਿਆ ਉਹਨਾਂ 'ਚ ਚੰਦ ਰਾਮ ਅਤੇ ਫਤਿਹ ਹੋਣਾ ਦੇ ਬਾਰੇ ਤੁਸੀਂ ਕੀ ਫਤਿਹ ਰਾਮ ਫਤਿਹ ਜਿਹੜਾ ਫਤਿਹ ਤੇ ਹੈਗਾ ਉਹਨਾਂ ਦਾ ਜੁੱਤੀਆਂ ਦਾ ਕੰਮ ਕਰਦਾ ਸੀਗਾ ਮੁੰਡਾ ਸਿੱਖ ਦਾ ਮੇਰੇ ਭਰਾ ਤੋਂ ਕਿਹੜਾ ਕਿਹੜਾ ਕੀ ਨਾਮ ਸੀ ਉਹਨਾਂ ਦਾ ਕੰਮ ਸਾਡੇ ਭਰਾ ਕੋਲੋਂ ਮੇਰੇ ਤੋਂ ਵੱਡੇ ਕੋਲੋਂ ਸਿੱਖਦਾ ਸੀਗਾ ਕਰਦਾ ਸੀਗਾ ਸਹੀ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਅਤੇ ਤੁਹਾਡੇ ਤੋਂ ਵੱਡੇ ਸੀਗੇ ਉਹ ਚੰਦ ਰਾਮ ਵੱਡਾ ਸੀਗਾ ਮੇਰਾ ਭਰਾ ਵੀ ਮੇਰੇ ਤੋਂ ਵੱਡਾ ਸੀ ਮਮਦਲੀ ਵੀ ਵੱਡਾ ਸੀਗਾ ਜੀ ਛੋਟਾ ਸੀ ਇੱਕ ਸਮਾਈਲ ਸੀ ਉਹ ਵੀ ਛੋਟਾ ਸੀ ਤੀਜੇ ਨੰਬਰ 'ਤੇ ਚੌਥੇ ਨੰਬਰ ਵਾਲਾ ਜੀ ਤੁਹਾਡੇ ਤੋਂ ਛੋਟਾ ਸੀ ਹਾਂ ਬਿਲਕੁਲ ਅਤੇ ਉਹ ਫਿਰ ਤੁਹਾਡਾ ਜਿਹੜਾ ਉਹ ਦੋਸਤ ਆ ਹਾਣੀ ਜਿਹੜਾ ਮਤਲਬ ਉਹ ਤੁਹਾਡੇ ਭਰਾ ਕੋਲੋਂ ਜੁੱਤੀਆਂ ਦਾ ਕੰਮ ਸਿੱਖਦਾ ਹਾਂ ਸਿੱਖਿਆ ਉਹਨੇ ਅਤੇ ਇਹਨਾਂ ਦਾ ਪਿੰਡ ਦੇ ਵਿੱਚ ਕਿਹੜੇ ਪਾਸੇ ਘਰ ਹੁੰਦਾ ਸੀਗਾ ਐਸੇ ਪਤੀ ਸੀਗਾ ਸਹੀ ਤੁਹਾਡੇ ਕੋਲ ਕੋਲ ਹੀ ਸੀ ਹਾਂਜੀ ਕੋਲ ਕੋਲ ਹੀ ਸਹੀ ਕਿੱਦਾਂ ਦੇ ਬੰਦੇ ਸੀਗੇ ਬਹੁਤ ਚੰਗੇ ਸੀਗੇ ਨਹੀਂ ਕਿੰਨੇ ਖੂਹ ਸੀਗੇ ਟੋਟਲ ਚਾਰ ਪੰਜ ਖੂਹ ਨੇ ਸੀਗੇ ਇੱਕ ਵਿਚਾਲੇ ਖੂਹ ਇੱਕ ਵੱਡਾ ਗੁਰਦੁਆਰੇ ਕੋਲ ਖੂਹ ਫਿਰ ਛੱਪੜ ਦੇ ਖੂਹ ਤਿੰਨ ਇੱਕ ਮੁਸਲਮਾਨਾਂ ਦੀ ਖੂਹੀ ਇੱਕ ਸਿੱਖਾਂ ਦੀ ਖੂਹੀ ਇੱਕ ਜਿਹੜੇ ਹਿੰਦੂ ਸੀ ਉਹਨਾਂ ਦੀ ਖੂਹੀ ਸਹੀ ਹਾਂਜੀ ਅੱਡੋ ਅੱਡ ਹੀ ਸਾਰੇ ਪਾਣੀ ਭਰਦੇ ਸੀ ਨਹੀਂ ਪਾਣੀ ਅਸੀਂ ਵੱਡੇ ਖੂਹ ਦਾ ਹੀ ਪੀਂਦੇ ਸੀ ਉਹ 'ਚ ਪਾਣੀ ਪੈਂਦਾ ਸੀ ਜਦ ਤਲਾਅ ਰੱਖਿਆ ਸੀ ਨਾ ਉਹ 'ਚ ਪਾਣੀ ਕੱਸੀ ਦਾ ਪੈਂਦਾ ਨਹਿਰ ਦਾ ਉਹਦੇ ਵਿੱਚ ਉਹਦੀ ਨਾਲ ਲੱਗੀ ਸੀ ਅਤੇ ਪਾਣੀ ਖੂਹ ਦੇ ਵਿੱਚ ਪੈਂਦਾ ਸੀਗਾ ਖੂਹ ਦਾ ਅਤੇ ਨਹਿਰ ਦਾ ਪਾਣੀ ਰਲ ਕੇ ਬਰਫ਼ ਵਰਗਾ ਪਾਣੀ ਨੇ ਬਰਫ਼ ਘਾਂ ਲਿਆਉਣ ਦੀ ਲੋੜ ਨਹੀਂ ਸੀ ਹੁੰਦੀ ਸਾਨੂੰ ਦੇਸੋਂ ਜਿਹੜੇ ਆਉਂਦੇ ਸੀ ਸਾਡੇ ਮਾਮੇ ਨਾਨੇ ਉਹਨਾਂ ਨੇ ਆਣ ਕੇ ਕਹਿਣਾ ਵੀ ਆਹ ਦੇਸ ਨਾਲ ਦਾ ਪਾਣੀ ਆ ਦੇਸੋਂ ਕਿੱਥੋਂ ਕਿੱਥੋਂ ਆਉਂਦੇ ਹੁੰਦੇ ਸੀ ਤੁਹਾਡੇ ਮਾਮੇ ਉੱਥੋਂ ਆਉਂਦੇ ਸੀ ਜਿਸ ਭਰੋ ਵਾਲੋਂ ਅਤੇ ਭੂੰਦੜੀ ਹੋ ਹੁਣ ਚਾਚਾ ਤਾਂ ਸਾਡਾ ਬੈਠਾ ਸੀ ਟੱਟਾਂ 'ਚ ਜ਼ਿਲ੍ਹੇ ਜ਼ਿਲ੍ਹਾ ਕਿਹੜਾ ਭਾਜੀ ਲੁਧਿਆਣਾ ਜੀ ਅੱਛਾ ਲੁਧਿਆਣੇ ਹਾਂ ਲੁਧਿਆਣੇ ਦੇ ਸੀਗੇ ਸਹੀ ਤੁਸੀਂ ਅੱਗੇ ਦੱਸਦੇ ਸੀ ਵੀ ਇੱਦਾਂ ਖੂਹਾਂ ਦਾ ਹਿਸਾਬ ਕਿਤਾਬ ਅਤੇ ਤੁਹਾਨੂੰ ਜ਼ਰੂਰਤ ਪੈਂਦੀ ਸੀ ਉਹਨਾਂ ਦਿਨਾਂ ਦੇ ਵਿੱਚ ਮਤਲਬ ਨਹਿਰੀ ਪਾਣੀ ਤੋਂ ਇਲਾਵਾ ਵੀ ਤੁਹਾਡੇ ਖੇਤਾਂ ਦੇ ਵਿੱਚ ਵੀ ਹੁੰਦੇ ਸੀਗੇ ਖੂਹ ਪਾਣੀ ਲਾਉਣ ਵਾਸਤੇ ਫਸਲਾਂ ਨੂੰ ਨਹੀਂ ਕੋਈ ਖੂਹ ਨਹੀਂ ਨਹਿਰੀ ਪਾਣੀ ਤੁਹਾਡਾ ਇੰਨਾ ਸੀ ਵੀ ਤੁਹਾਨੂੰ ਜ਼ਰੂਰ ਨਹਿਰੀ ਪਾਣੀ ਇੱਕ ਘੰਟੇ 'ਚ ਪੈਲੀ ਜਿਹੜੀ ਹੈ ਝਲਦੀ ਨਹੀਂ ਸੀ ਹੁੰਦੀ ਇੰਨਾ ਪਾਣੀ ਸੀ ਸਾਨੂੰ ਤੇਲ ਵਾ ਇਹ ਸਾਡਾ ਆਖਰੀ ਇਕੱਤੀ ਅਤੇ ਨਾਰਗਵਾਲ 530 ਅਤੇ 531 ਸਾਨੂੰ ਤੇਲ ਵਾ ਇਹ ਤੇਲ ਆ ਲੈਂਦਾ ਸੀ ਹਾਂਜੀ ਅਤੇ ਕਦੇ ਰੱਜ ਲੈਂਦੇ ਸੀ ਕਦੇ ਭੁੱਖੇ ਮਰ ਜਾਂਦੇ ਸੀ ਇਹ ਵੀ ਨਾਲ ਆ ਨਾ ਜਦੋਂ ਜੀ ਕਰਦਾ ਅਗਲੇ ਗਲ ਕੁੱਟ ਲੈਂਦੇ ਸੀ ਫੱਟਾ ਸਿੱਟ ਦਿੰਦੇ ਸੀ ਮਰ ਗਏ ਜਾਂ ਫੱਟਾ ਚੁੱਕਿਆ ਜਾਂਦੇ ਅਸੀਂ ਜੀਂਦੇ ਸੀ ਸਹੀ ਤੁਹਾਡੇ ਨਾਲ ਇੰਨਾ ਸਮਾਂ ਬੀਤਿਆ ਉਹ ਲੋਕ ਰਹਿ ਕੇ ਗਏ ਹਾਂਜੀ ਯਾਦਾਂ ਆਉਂਦੀਆਂ ਬਸ ਯਾਦਾਂ ਤਾਂ ਹੁਣ ਇੱਦਾਂ ਹੀ ਆ ਨਾ ਖੇਡਦੇ ਜੋ ਰਹੇ ਇਕੱਠੇ ਫਿਰਦੇ ਜੋ ਰਹੇ ਇਕੱਠੇ ਮਾਲ ਜੋ ਇਕੱਠੇ ਚਾਰਦੇ ਰਹੇ ਹਾਂ ਤੁਹਾਨੂੰ ਕੋਈ ਪਤਾ ਕਿ ਤੁਹਾਡੇ ਨਾਲ ਖੇਲਣ ਵਾਲੇ ਉਹ ਤੁਹਾਡੇ ਨਾਲ ਜਿਹੜੇ ਜੰਮ ਕੇ ਜਵਾਨ ਹੋਏ ਉਹ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਕਿਹੜੇ ਇਲਾਕਿਆਂ 'ਚ ਬੈਠੇ ਕੋਈ ਪਤਾ ਨਹੀਂ ਕਦੀ ਕਿਸੇ ਨੇ ਕੋਈ ਪਰਤ ਕੇ ਕੋਈ ਆਇਆ ਹੋਵੇ ਕੋਈ ਖਤ ਪੱਤਰ ਕੋਈ ਨਹੀਂ ਆਇਆ ਪਰ ਯਾਦਾਂ ਦਾ ਜਿਹੜਾ ਖਜ਼ਾਨਾ ਉਂਝ ਦਿਲਾਂ 'ਚ ਮਹਿਫੂਜ਼ ਆ ਤੇ ਚੰਗੇ ਲੱਭਦੇ ਸੀ ਬਿਲਕੁਲ ਇੱਦਾਂ ਹੀ ਆ ਬਸ ਉਹੀ ਯਾਦ ਆ ਸਾਨੂੰ ਉੱਦਾਂ ਨਹੀਂ ਹੁਣ ਸ਼ੇਰ ਸ਼ੇਰੋ ਫੌਜੀ ਸੀਗਾ ਜਗੀਰ ਉਹਦਾ ਭਰਾ ਸੀਗਾ ਫਿਰ ਅੱਗੇ ਆ ਗਿਆ ਅੱਲਾ ਖੈਰ ਕਰੇ ਆਪਣੇ ਸੰਤਾ ਸਕੋਠੀ ਵਾਲਾ ਸੀਗਾ ਇੰਦਰ ਸਿਉਂ ਮਹਿੰਦਰ ਸਿਉਂ ਗੋਪਾਲ ਸਿਉਂ ਗੱਜਣ ਸਿਉਂ ਇਹ ਸਾਡੇ ਚਾਚੇ ਮਾਮੇ ਲੱਗਦੇ ਸੀਗੇ ਉਦੋਂ ਜਾਣੀ ਦੀ ਅਸੀਂ ਇਹਨਾਂ ਨੂੰ ਤਾਇਆ ਜੀ ਕਹਿੰਦੇ ਹੁੰਦੇ ਸੀਗੇ ਵੱਡੇ ਸੀਗੇ ਸਾਰੇ ਆਪਣੇ ਵਡਕਿਆਂ ਦਾ ਦਰਜਾ ਵਡਕਿਆਂ ਦਾ ਜਿਹੜਾ ਸਾਨੂੰ ਨਾ ਕਿ ਉਦੋਂ ਸਾਦੇ ਪੁੱਛਦੇ ਹੁੰਦੇ ਸੀਗੇ ਅਤੇ ਜਦੋਂ ਅਸੀਂ ਗਏ ਦੁਨੀਆਂ ਚਲੇ ਗਈ ਜਾਂ ਮੁੜ ਕੇ ਨਾਵੇਂ ਭੁੱਲ ਗਏ ਸਹੀ ਉਹ ਵੱਡਿਆਂ ਨੇ ਜਿਹੜੇ ਨੇ ਉਹ ਅਜੇ ਯਾਦ ਆ ਕੁਛ ਕੁਛ ਨਹੀਂ ਇਹ ਸਾਡਾ ਆਪਣਾ ਰੇਮ ਬਖਸ਼ ਡਾਕੀਆ ਸ਼ਾਦੀ ਹੁੰਦਾ ਸੀਗਾ ਕਿਉਂਕਿ ਡਾਕ ਜਾਂਦੀ ਆਉਂਦੀ ਸੀਗੀ ਇੱਥੇ ਸਾਡਾ ਸਿੱਖਾਂ ਵੇਲੇ ਦਾ ਸੀ ਇਹ ਰੱਖਿਆ ਤਹਿਸੀਲਦਾਰ ਦਾ ਨਾਂ ਯਾਦ ਆ ਹਾਂਜੀ ਡਾਕੀਆ ਜੀ ਦਾ ਨਾਮ ਤੁਸੀਂ ਦੱਸ ਦਿੱਤਾ ਤਹਿਸੀਲਦਾਰ ਦਾ ਕੋਈ ਨਾਮ ਯਾਦ ਆ ਕੌਣ ਸੀ ਕੋਈ ਨਹੀਂ ਪਟਵਾਰੀ ਨਹੀਂ ਕਿਉਂਕਿ ਮੈਂ ਕਿਹੜਾ ਚੌਕੀਦਾਰ ਦਾ ਕਰਦਾ ਸੀਗਾ ਮੈਨੂੰ ਜਿਹੜਾ ਯਾਦ ਆਉਣਾ ਅਤੇ ਇਹਨਾਂ ਦਾ ਬਾਪ ਸੀਗਾ ਮੇਹਰਦੀਨ ਠੀਕ ਹੈ ਅਤੇ ਸਾਡੇ ਭਰਾ ਇੱਥੇ ਬੈਠੇ ਸੀ ਨਿਜ਼ਾਮਦੀਨ ਮਾਮਦੀਨ
ਤਾਇਆ ਗਾਈਆ ਫਿਰ ਅੱਗੇ ਆ ਜਾਂਦੇ ਸੀਗੇ ਇਹ ਨੱਥੂ ਦੇ ਅੱਛਾ ਫਿਰ ਅਸੀਂ ਆ ਗਏ ਉਸ ਤੋਂ ਅੱਗੇ ਮਰਾਸੀ ਹੁੰਦਾ ਸੀਗਾ ਘਮਣਾ ਉਹਦਾ ਇੱਕ ਖੁਸ਼ੀ ਮੁੰਡਾ ਇੱਥੇ ਮਰਿਆ ਇੱਕ ਉਹਦਾ ਪੁੱਤ ਬਲੈਤੀ ਸੀਗਾ ਅਤੇ ਗਾਂ ਉਹਦਾ ਟੱਬਰ ਜਿਹੜਾ ਸੀਗਾ ਘਮਣੇ ਦਾ ਉਹਦੇ ਨਾਲ ਸੀਗਾ ਇੱਕ ਢੱਲੀ ਉਹਦੀਆਂ ਕੁੜੀਆਂ ਨਾਲ ਸੀਗਾ ਬਚਨੋ ਭਾਗੀ ਰਤਨੀ ਫਿਰ ਇੱਕ ਨਾ ਸ਼ਰੀਫਾਂ ਉਹ ਸੀਗੀਆਂ ਵੱਡੀਆਂ ਸਾਤੋਂ ਸਾਰੀਆਂ ਯਾਨੀ ਹਾਂ ਸੀ ਵੱਡੀਆਂ ਸੀਗੀਆਂ ਤੁਹਾਡੇ ਪਿੰਡ ਦੇ ਵਿੱਚ ਤੁਹਾਡਾ ਮੈਨੂੰ ਇਹ ਦੱਸੋ ਕਿ ਮਤਲਬ ਤਿੰਨ ਚਾਰ ਬਰਾਦਰੀਆਂ ਬਲਕਿ ਪੰਜ ਛੇ ਬਰਾਦਰੀਆਂ ਤੁਸੀਂ ਦੱਸੀਆਂ ਮਤਲਬ ਮਜ਼ਹਬਾਂ ਦੇ ਨਾਲ ਤਲਕ ਰੱਖਣ ਵਾਲੀਆਂ ਪਿੰਡ ਦੇ ਉਹ ਮਜ਼ਹਬਾਂ ਦੇ ਹਿਸਾਬ ਦੇ ਨਾਲ ਘਰ ਹੁੰਦੇ ਸੀ ਵੀ ਸਾਈਡ ਤੇ ਮੁਸਲਮਾਨ ਪਰਲੀ ਸਾਈਡ ਤੇ ਹਿੰਦੂ ਜਾਂ ਉਧਰਲੀ ਸਾਈਡ ਤੇ ਮਤਲਬ ਏਦਾਂ ਹੀ ਵਿੱਚ ਵਿੱਚ ਬੈਠੇ ਠੀਕ ਹੈ ਜਿਹੜੀ ਪਿਆਰ ਮੁਹੱਬਤ ਮਜੀਦ ਏਦਾਂ ਗੂੜਾ ਹੋ ਜਾਂਦਾ ਸੀ ਬਿਲਕੁਲ ਇੱਥੇ ਜਿਹੜੇ ਘਰ ਉੱਥੋਂ ਮੁਖਤਲਿਫ ਇਲਾਕਿਆਂ ਚ ਉੱਠ ਕੇ ਆਏ ਹਾਂਜੀ ਕਿਹੜੀਆਂ ਕਿਹੜੀਆਂ ਬਰਾਦਰੀਆਂ ਉੱਠ ਕੇ ਆਈਆਂ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਉੱਠ ਕੇ ਆਏ ਕੋਈ ਤੁਹਾਨੂੰ ਯਾਦ ਹੋਵੇ ਇਹ ਨਹੀਂ ਸਾਨੂੰ ਪਤਾ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਚੋਂ ਆਏ ਆ ਕੋਈ ਗੁਰਦਾਸਪੁਰ ਦੇ ਆਏ ਸੀ ਕੋਈ ਅੰਮ੍ਰਿਤਸਰ ਚੋਂ ਆਏ ਕੋਈ ਲੁਧਿਆਣੇ ਆਏ ਕੋਈ ਹੁਸ਼ਿਆਰਪੁਰੋਂ ਆਏ ਕੋਈ ਜਲੰਧਰੋਂ ਆਏ ਆਏ ਦਸ ਦਿਨ ਰਹਿ ਗਾਂ ਨਿਕਲ ਗਏ ਉਦੋਂ ਮਗਰੋਂ ਦਸ ਆਏ ਉਹ ਵੀਹ ਦਿਨ ਰਹਿ ਉਹ ਗਾਂ ਨਿਕਲ ਗਏ ਇੱਦਾਂ ਵੀ ਹੁੰਦੀ ਰਹੀ ਹੈ ਚਾਰ ਤਿੰਨ ਚਾਰ ਮਹੀਨੇ ਤੱਕਰ ਸਹੀ ਜਿਹੜੇ ਆਏ ਉਹ ਗਾਂ ਨਿਕਲ ਗਏ ਇਸ ਟਾਈਮ ਜਿਹੜੇ ਮੌਜੂਦ ਨੇ ਉਹਨਾਂ ਇਸ ਟਾਈਮ ਤੇ ਹੁਣ ਇਸ ਵੇਲੇ ਬੈਠੇ ਆ ਰਜਪੂਤ ਵੀ ਬੈਠੇ ਆ ਠੀਕ ਹੈ ਜੱਟ ਵੀ ਬੈਠੇ ਆ ਰਾਈ ਵੀ ਬੈਠੇ ਆ ਫਿਰ ਅੱਲਾ ਖਾਰ ਕਰੇ ਜੀ ਇਸ ਵੇਲੇ ਗੁੱਜਰ ਵੀ ਬੈਠੇ ਆ ਠੀਕ ਹੈ ਇਹ ਨਹੀਂ ਪਤਾ ਗੋਤਾਂ ਦਾ ਸਾਨੂੰ ਇਸ ਟਾਈਮ ਤੁਹਾਡੇ ਪਿੰਡ ਦਾ ਲੰਬੜਦਾਰ ਕੌਣ ਹੈ ਇਸ ਟਾਈਮ ਸਾਡੇ ਪਿੰਡ ਦਾ ਲੰਬੜਦਾਰ ਹੁਣ ਹਾਂਜੀ ਹੁਣ ਇਸ ਵੇਲੇ ਹੈਗਾ ਜੀ ਇੱਕ ਤੇ ਮਜ਼ੀਦ ਆ ਲੰਬੜਦਾਰ ਮਜ਼ੀਦ ਮਜ਼ੀਦ ਠੀਕ ਹੈ ਮਜ਼ੀਦ ਜਾਣੀ ਹਾਂ ਪਹਿਲੇ ਸੀਗਾ ਜੀਜ ਜੀਜ ਤੋਂ ਅੱਗੇ ਆ ਗਿਆ ਉਹਦਾ ਪੁੱਤ ਉਹ ਹੁਣ ਛੱਡ ਗਏ ਵੇਚ ਗਏ ਜ਼ਮੀਨ ਵੀ ਵੇਚ ਗਏ ਸਹੀ ਤੇ ਹੁਣ ਉਦੋਂ ਅੱਗੇ ਆ ਗਿਆ ਅਸਮਾਈਲ ਠੀਕ ਹੈ ਉਹ ਵੀ ਰਾਈ ਆ ਇਹ ਕਮੋਹ ਆ ਉਹ ਰਾਈ ਆ ਜਿਹੜੇ ਇਸ ਟਾਈਮ ਹੁਣ ਹਾਜ਼ਰ ਆ ਠੀਕ ਹੈ ਹਾਂਜੀ ਬਾਬਾ ਜੀ ਠੀਕ ਹੈ ਬਾਬਾ ਜੀ ਇਸ ਟਾਈਮ ਤੁਹਾਨੂੰ ਪੂਰੀ ਦੁਨੀਆਂ ਦੇ ਉੱਤੇ ਦੇਖਿਆ ਜਾ ਰਿਹਾ ਔਰ ਉਮੀਦ ਹੈ ਕਿ ਜਿਹੜੇ ਤੁਸੀਂ ਆਪਣੇ ਯਾਰਾਂ ਬੇਲੀਆਂ ਸੰਗੀਆਂ ਦੇ ਨਾਮ ਲਏ ਨੇ ਹਾਂਜੀ ਹਾਂਜੀ ਐਡੀ ਮੁਹੱਬਤ ਦੇ ਨਾਲ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਉਮੀਦ ਹੈ ਕਿ ਉਹ ਵੀ ਤੁਹਾਨੂੰ ਇਸ ਟਾਈਮ ਸੁਣ ਰਹੇ ਨੇ ਤੁਸੀਂ ਇਹੀ ਸਮਝੋ ਕਿ ਤੁਹਾਨੂੰ ਇਸ ਟਾਈਮ ਦੇਖ ਵੀ ਰਹੇ ਨੇ ਤੇ ਸੁਣ ਵੀ ਰਹੇ ਨੇ ਤੁਸੀਂ ਉਹਨਾਂ ਦੇ ਨਾਮ ਕੀ ਪੈਗਾਮ ਕਰਨਾ ਚਾਹੋਗੇ ਸਤਿ ਸ੍ਰੀ ਅਕਾਲ ਕਹਿ ਸਕਦੇ ਹੋ ਤਾਏ ਉਹਨਾਂ ਨੂੰ ਹਾਂਜੀ ਬਾਕੀ ਇਹ ਆ ਜੀ ਅਸੀਂ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਅਸੀਂ ਰਾਮ ਰਾਮ ਕਹਿ ਸਕਦੇ ਹਾਂ ਨਮਸਕਾਰ ਕਰ ਸਕਦੇ ਹਾਂ ਕਿਉਂਕਿ ਉਹ ਹੋਰ ਸੀਗੇ ਮਸਲਾ ਇਹ ਆ ਜੀ ਉਧਰੋਂ ਉਧਰ ਹੀ ਵਾਂਡਿਆ ਨਾ ਆਹ ਮਸਲਾ ਬਣਿਆ ਆ ਹੁਣ ਇਸ ਵੇਲੇ ਇੱਕੋ ਹੀ ਆ ਉਹ ਇਸ ਵੇਲੇ ਸਾਰੇ ਇੱਕੋ ਹੀ ਆ ਇੱਕੇ ਭਾਂਡੇ ਖਾਂਦੇ ਆ ਤੇ ਇੱਕੇ ਭਾਂਡੇ ਰਹਿੰਦੇ ਆ ਤੇ ਇੱਕੇ ਮੁਲਕ 'ਚ ਰਹਿੰਦੇ ਆ ਸਮਝ ਆਈ ਨਾ ਮੇਰੀ ਗੱਲ ਦੀ ਲੇਕਿਨ ਉਹ ਸਮਾਂ ਸੀ ਇਕੱਠੇ ਰਹਿੰਦੇ ਹੁੰਦੇ ਸੀਗੇ ਤੇ ਮੁਹੱਬਤਾਂ ਪਿਆਰ ਸੀਗੇ ਉਹ ਉਸ ਵਕਤ ਦੀਆਂ ਮੁਹੱਬਤਾਂ ਔਰ ਫਿਰ ਹਿਜਰਤ ਹੋ ਗਈ 47 ਵਾਲੀ ਵੰਡ ਉਸ ਤਾਪ ਨੂੰ ਆਪਣੇ ਹੱਡਾਂ ਤੇ ਸਾਰਿਆਂ ਨੇ ਹੰਡਾਇਆ ਜਾਣ ਵਾਲਿਆਂ ਨੇ ਵੀ ਤੇ ਆਉਣ ਵਾਲਿਆਂ ਨੇ ਬਿਲਕੁਲ ਤੇ ਜਿਹੜੇ ਥੋੜੇ ਬਚੇ ਰਹੇ ਆ ਉਹ ਜਿਹੜੇ ਇੱਥੇ ਬੈਠੇ ਰਹੇ ਆ ਜਾਂ ਉਧਰ ਬੈਠੇ ਰਹੇ ਆ ਜਿਹੜੇ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਉਹਨਾਂ ਲੋਕਾਂ ਦੇ ਨਾਲ ਜਦੋਂ ਰਹਿੰਦੇ ਹੁੰਦੇ ਸੀਗੇ ਬਾਅਦ ਚੋਂ ਫਿਰ ਜਦੋਂ ਆਪਣੇ ਇਹਨਾਂ ਮੁਸਲਮਾਨ ਭਰਾਵਾਂ ਦੇ ਨਾਲ ਰਹਿੰਦੇ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਮਹਿਸੂਸ ਤਾਂ ਜੀ ਕਈ ਤਕਲੀਫਾਂ ਜ਼ਿੰਦਗੀ 'ਚ ਆ ਜਾਂਦੀਆਂ ਨੇ ਕਈ ਕੁਛ ਹੋ ਜਾਂਦਾ ਦੋ ਵਾਰੀ ਤਾਂ ਮੇਰਾ ਪਿੰਡ ਉੱਜੜ ਗਿਆ ਇੱਕ ਵਾਰੀ ਇਨਕਲਾਬ ਹੋਇਆ ਤੇ ਉਦੋਂ ਉਜੜਿਆ ਫਿਰ ਇਹ ਕੋਈ ਦਿਨ ਰਹਿੰਦੇ ਰਹੇ ਤੇ ਫਿਰ ਬਾਵਾ ਦਿਨਾਂ ਤੋਂ ਬਾਅਦ ਕੋਈ 4 ਸਾਲ 3 ਸਾਲ ਤੋਂ ਬਾਅਦ ਫਿਰ ਪਾਣੀ ਆਇਆ ਪਾਣੀ ਇਸ ਸਾਰੇ ਖਾਤੇ ਨੂੰ ਖਤਮ ਕਰ ਗਿਆ ਸਾਰਾ ਹੀ ਪਿੰਡ ਢੱਠਾ ਸੀਗਾ ਗੁਰਦੁਆਰਾ ਵੀ ਢੱਠ ਗਿਆ ਪਿੰਡ ਵੀ ਸਾਰਾ ਢੱਠ ਗਿਆ 3 ਮਹੀਨੇ ਪਾਣੀ ਵਗਦਾ ਰਿਹਾ ਇੱਥੇ ਨਿੰਮ ਹੁੰਦੀ ਸੀਗੀ ਅਸੀਂ ਨਿੰਮ 'ਚ ਕੁੜੀ ਆ ਵੀ ਸੁਹਾਗੀ ਲਿਆ ਕੇ ਸਿੱਟ ਦਿੱਤੀ ਸੁਹਾਗੀ ਦੇ ਦੱਸ ਕੇ ਦੇਖਣਾ ਬਈ ਉਤਰਦਾ ਕਿ ਚੜ੍ਹਦਾ ਪਾਣੀ ਫੁੱਲ ਚੱਲਦਾ ਹੀ ਰਿਹਾ 3 ਮਹੀਨੇ 3 ਮਹੀਨੇ ਤੋਂ ਬਾਅਦ ਪਾਣੀ ਉਤਰਨਾ ਸ਼ੁਰੂ ਹੋਇਆ ਸੀਗਾ ਯਾਨੀ ਪਾਣੀ ਉਸ ਵੇਲੇ ਆਇਆ ਸਾਡੇ ਉਦੋਂ ਵੀ ਪਿੰਡ ਸਾਡਾ ਵਿਹਲਾ ਹੋ ਗਿਆ ਸੀ
ਜਿਹੜੇ ਸਾਡੇ ਭੈਣ ਭਰਾ ਜੋ ਮਾਲ ਪਸ਼ੂ ਸੀ ਨਾ, ਕੋਈ 52 ਚਲਾ ਗਿਆ, ਕੋਈ 50 ਚਲਾ ਗਿਆ, ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ, ਅਤੇ ਉੱਧਰੋਂ ਇੱਧਰ ਪਾਣੀ ਆ ਗਿਆ, ਉੱਧਰੋਂ ਪਾਣੀ ਫੈਸਲਾਬਾਦ ਨੂੰ ਢਾ ਕੇ ਵੀ ਆਇਆ, ਯੂਨੀਵਰਸਿਟੀ ਦੇ ਕੋਲ ਦੀ ਆਇਆ ਵਾ। ਬਾਰਿਸ਼ਾਂ ਬਹੁਤ ਹੋਈਆਂ ਸੀਗੀਆਂ ਉਹਨਾਂ ਦਿਨਾਂ ਦੇ ਵਿੱਚ, ਇਹ ਪਾਣੀ ਉੱਧਰ ਲਾਵੇ ਅਤੇ ਇੱਧਰ ਲਾ, ਉਦੋਂ ਇਕੱਠਾ ਹੋ ਗਿਆ, ਫਿਰ ਇਹ ਸਿੱਧਾ ਜਲਿਆਂਵਾਲੇ ਵੱਜਿਆ, ਜਲਿਆਂਵਾਲੇ ਤੋਂ ਚੱਲ ਕੇ ਅਤੇ ਫਿਰ ਇਹ ਟੋਭੇ ਨਿਕਲ ਗਿਆ। ਅੱਛਾ ਜੀ, ਅਸੀਂ ਉਹ ਸਾਰਾ ਕੁਛ ਵੇਖਿਆ ਜੀ ਅੱਖਾਂ ਨਾਲ ਹੱਥਾਂ ਨਾਲ। ਅਸੀਂ ਉਸ ਪਾਣੀ ਦੇ ਵਿੱਚ ਜਾ ਕੇ ਮੌਣ 'ਤੇ ਬਹਿ ਗਏ ਅਤੇ ਵੱਡੇ ਖੂਹ 'ਚੋਂ ਫਿਰ ਬਾਲਟੀ ਭਰ ਕੇ ਪਾਣੀ ਦੀ ਲਿਆਉਣੀ ਅਤੇ ਫਿਰ ਉਹ ਪੀਣਾ, ਜਾਂ ਰਸ ਪਏ ਆ ਉਹ ਖਾ ਲੈਣੇ ਆ, ਜਾਂ ਸੇਵੀਆਂ ਪਈਆਂ ਉਹ ਖਾ ਲੈਣੀਆਂ ਨੇ, ਜਾਂ ਉਹ ਬਣਾ ਲੈਣੀਆਂ, ਜਿਹੜਾ ਬਾਲਣ ਸੀਗਾ ਜਾਂ ਤੂੜੀ ਸੀਗੀ ਉਹਦਾ ਲਾ ਕੇ ਆ ਕੇ ਅਤੇ ਉਹਦੇ 'ਤੇ ਅਸੀਂ ਅੰਨ ਪਾਣੀ ਖਾਣਾ। 3 ਮਹੀਨੇ ਪੂਰਾ ਮੈਂ ਪਿੰਡ ਦੇ ਵਿੱਚ ਇਸ ਬਾਜ਼ਾਰ 'ਚ ਹੀ ਰਿਹਾ ਵਾਂ। ਇੱਕ ਐਸ ਘਰ ਵਾਲਾ ਜਿਹੜਾ ਸੀਗਾ ਉੱਧਰੋਂ ਆਇਆ ਹੋਇਆ ਉਹ ਰਿਹਾ, ਇੱਕ ਮੀਆਂ ਮਿਸਤਰੀ ਹੁੰਦਾ ਸੀਗਾ, ਦੁਆ ਦਾਰੂ ਕਰਦਾ ਹੁੰਦਾ ਸੀ ਐਸ ਨਾਰਗਵਾਲ 'ਚ, ਮਸ਼ਹੂਰ ਬੰਦਾ ਉਹ ਵੀ, ਜਾਂ ਉਹ ਇਸ ਖਾਤੇ 'ਚ ਜਾਂ ਮੈਂ ਸੀਗਾ, 3 ਬੰਦੇ ਅਸੀਂ ਐਸ ਬਾਜ਼ਾਰ ਦੇ ਵਿੱਚ ਸੀ। ਫਿਰ ਉੱਧਰਲੇ ਬਾਜ਼ਾਰਾਂ ਦੇ ਵਿੱਚ ਵੀ ਬੰਦੇ ਸੀਗੇ 3-4, ਕਿਉਂਕਿ ਪਾਣੀ ਉੱਧਰ ਜ਼ਿਆਦਾ ਸੀਗਾ, ਇੱਥੇ ਪਾਣੀ ਸੀਗਾ ਇੰਨਾ ਇੰਨਾ, ਉੱਧਰ ਬੰਦੇ ਤੋਂ ਉੱਚਾ ਸੀ ਪਾਣੀ, ਉਹ ਪਾਸਾ ਨੀਵਾਂ ਵਾ। ਜਦੋਂ ਇਹ ਆਇਆ ਨਾ ਪਾਣੀ ਹੜ੍ਹ, ਇਹਨੇ ਫਿਰ ਚੌਧਰੀ ਬਰਬਾਦੀ ਨਹੀਂ ਕੀਤੀ, ਆ ਰਹੀ ਵਾਂਗੂ ਸਾਰੇ ਮਕਾਨ ਲਾ ਕੇ ਉਹ ਮਾਰੇ। ਹਾਂਜੀ ਬਿਲਕੁਲ, ਢਾਤੇ ਇਹਨਾਂ ਨੇ ਪਾਣੀ ਦੇ ਅੱਗੇ, ਫਿਰ ਕੌਣ ਕਿਹੜੀ ਸ਼ਹਿਰ ਫਿਰ ਵਿਹਲਾ ਹੋ ਗਿਆ ਜੀ ਪਿੰਡ। ਬਸ ਜੀ ਦੇਖੋ, ਪਿੰਡ ਵਸਦੇ ਦੇ ਵਿੱਚ ਤੁਸੀਂ ਅੱਖਾਂ ਖੋਲੀਆਂ, ਹਾਂਜੀ ਹਾਂਜੀ, ਤੇ ਰੱਬ ਸੋਹਣਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਹਾਂਜੀ ਹਾਂਜੀ, ਪਿੰਡ ਵਸਦੇ ਦੇ ਵਿੱਚ ਹੀ ਜਦ ਕਦੀ ਟਾਈਮ ਆਉਣਾ ਤੇ ਅੱਖਾਂ ਬੰਦ ਹੋ ਜਾਣ। ਇਹਦੇ ਦਰਮਿਆਨ ਇੱਕ ਟਾਈਮ ਦੇਖ ਲਿਆ, ਇੱਕ ਵਕਤ ਦੇਖ ਲਿਆ, ਉਸੇ ਵਕਤ ਨੂੰ ਅਸੀਂ ਆਪਣੇ ਚੜ੍ਹਦੇ ਤੇ ਲਹਿੰਦੇ ਤੇ ਦੁਨੀਆ ਭਰ 'ਚ ਜਿੱਥੇ ਵੀ ਪੰਜਾਬੀ ਬੈਠੇ ਉਹਨਾਂ ਦੇ ਨਾਲ ਤੁਹਾਡੇ ਹੀ ਵਿਚਾਰ ਸਾਂਝੇ ਕਰਨ ਵਾਸਤੇ ਸਾਡੀ ਅੱਜ ਇੱਕ ਪਿੰਡ ਪੰਜਾਬ ਦੇ ਚੈਨਲ ਦੀ ਟੀਮ ਹਾਜ਼ਰ ਹੋਈ ਸੀਗੀ। ਇੱਕ ਪਿੰਡ ਪੰਜਾਬ ਦੇ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ ਜੀ ਪਿੰਡ ਨਾਰਗਵਾਲ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ ਦੇ ਪਿੰਡ 530 ਗਾਫਬੇ ਦੇ ਇਸ ਪਿੰਡ ਦੇ ਵਿੱਚ ਬਾਬਾ ਜੀ ਦੇ ਨਾਲ ਅਸੀਂ ਮੁਲਾਕਾਤ ਕੀਤੀ, ਇਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਉਮੀਦ ਹੈ ਕਿ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਹੀ ਪਸੰਦ ਆਇਆ ਹੋਵੇਗਾ। ਬਸ ਜਾਂਦਿਆਂ ਜਾਂਦਿਆਂ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਕਾਲੀਆਂ ਘਟਾਵਾਂ ਨਿੱਤ ਗਰਜੀਂਦੀਆਂ ਨੇ, ਬੱਦਲੀਆਂ ਉਹ ਜੋ ਮੀਂਹ ਬਰਸੀਂਦੀਆਂ ਨੇ, ਉਹਨਾਂ ਹਰਨੀਆਂ ਦੀ ਉਮਰ ਹੋ ਚੱਲੀ, ਪਾਣੀ ਸ਼ੇਰ ਦੀ ਜੂੰ 'ਚੋਂ ਪੀਂਦੀਆਂ ਨੇ, ਪੈਂਡੇ ਉਮਰਾਂ ਦੇ ਵਿੱਚ ਫਰੇਬ ਕੱਟੇ, ਇਕਬਾਲ ਰੋਟੀਆਂ ਉਹ ਜੁੱਤ ਪੀਂਦੀਆਂ ਨੇ, ਰੋਟੀਆਂ ਉਹ ਜੁੱਤ ਪੀਂਦੀਆਂ ਨੇ। ਚੰਗਾ ਜੀ, ਰੱਬ ਰੱਖ।